ਸੱਚੇ ਦਰਬਾਰ ਕੀ, ਸਿੱਧ ਗੁਰੂ ਗੋਰਖ ਨਾਥ ਕੀ, ਛੱਤਰੀ ਮਹਾਰਾਜ ਕੀ, ਬੋਲ ਬਾਬੇ ਨਾਰ ਸਿੰਘ ਪੀਰ ਮਹਾਰਾਜ ਕੀ। ਬੋਲ ਬਾਬੇ ਗੋਰੀ ਸਾਹਿਬ ਦੀ ਸਰੀ ਹੈ। ਆਹੋ ਵੀ ਸੇਵਾਦਾਰਾ ਭੇਜਿਆ ਬਲਾਵਾ ਰੇ, ਸੁਖੀ ਰਹੋ ਜੀ। ਤੇਰਾ ਸੌਣ ਦਾ ਚਾਲਾ ਹੋ ਗਿਆ ਸੀ ਮੈਂ ਬੇਖਿਆਲਾ, ਦੱਸ ਗਿਆ ਮੈਨੂੰ ਭਗਤ ਨਿਹਾਲਾ, ਬਾਬੇ ਦਾ ਜਾਪ ਕਰੀ ਭੁੱਲ ਗਿਆ ਤੇਰੀ ਰਾਤ ਜਗਾਉਣੀ, ਪੀਰਾ ਮੈਨੂੰ ਮਾਫ ਕਰੀ ਭੁੱਲ ਗਿਆ ਤੇਰੀ ਰਾਤ ਜਗਾਉਣੀ।
ਆਇਆ ਸੀ ਕੁਲਸੀਆ ਭਾਗ ਜਦੋਂ ਖਾਕੀ ਵਰਦੀ ਮੋਟੇ ਚੱਕਰ ਫੁੱਲ ਦਨਾਲੀ ਹੋਣੇ ਖੜਾ ਹੋ ਬਈ ਪੈਰਾਂ ਵਿੱਚ ਬੇੜੀਆਂ ਪਾ ਕੇ ਮਾਲ ਜਾਣ ਦੀ ਆਸ ਧਰੀ ਭੁੱਲ ਗਿਆ ਤੇਰੀ ਰਾਤ ਜਗਾਉਣੀ ਭੁੱਲ ਗਿਆ ਤੇਰੀ ਰਾਤ ਜਗਾਉਣੀ ਆ ਗਿਆ ਤੇਰਾ ਸੌਣ ਦਾ ਚਾਲਾ ਹੋ ਗਿਆ ਸੀ ਮੈਂ ਵੇਖਿਆਲਾ ਆ ਗਿਆ ਤੇਰਾ ਸੌਣ ਦਾ ਚਾਲਾ ਹੋ ਗਿਆ ਸੀ ਮੈਂ ਵੇਖਿਆਲਾ ਦੱਸ ਗਿਆ ਮੈਨੂੰ ਭਗਤ ਨਿਹਾਲਾ ਬਾਬੇ ਦਾ ਜਾ ਪੱਕਰੀ ਭੁੱਲ ਗਿਆ ਤੇਰੀ ਰਾਤ ਜਗਾਉਣੀ ਪੀਰਾ ਮੈਨੂੰ ਮਾਂ ਪੱਕਰੀ ਭੁੱਲ ਗਿਆ ਤੇਰੀ ਰਾਤ ਜਗਾਉਣੀ ਵਿੱਚ ਰਾਤ ਜਗਾਵਾਂ ਬਾਤ ਤੇਰਾ ਰੱਖਾਂ ਚਾਹ ਕੇ ਤੇਰਾ ਕੋਈ ਭੇਜਿਆ ਤੇ ਬਤਾ ਮੈਨੂੰ ਤੰਗ ਕਰੇ ਡਾਇਆ ਕੇ ਹਫਤੇ ਵਿੱਚ ਰਾਤ ਜਗਾਵਾਂ ਬਾਤਾ ਤੇਰਾ ਰੱਖਾਂ ਚਾਹ ਕੇ ਤੇਰਾ ਕੋਈ ਭੇਜਿਆ ਦੇ ਮੈਨੂੰ ਤੰਗ ਕਰੇ ਨਾ ਹਫਤੇ ਵਿੱਚ ਰਾਤ ਜਗਾਵਾਂ ਬਾਤਾ ਤੇਰਾ ਰੱਖਾਂ ਚਾਹ ਕੇ ਤੇਰਾ ਕੋਈ ਭੇਜਿਆ ਦੇ ਮੈਨੂੰ ਤੰਗ ਕਰੇ ਨਾ ਹਫਤੇ ਵਿੱਚ ਰਾਤ ਜਗਾਵਾਂ ਹਾਂ
ਕਿਉਂ ਪਹਿਲਾਂ ਸੇਵਾ ਚੱਲ ਰਹੀ ਸੀ, ਕੋਈ ਚੱਕਰ ਨਹੀਂ, ਗੁਰੂ ਭਲਾ ਕਰੇ, ਬਾਬਾ ਪੀਰ ਵਧਾਵੇ, ਸਾਰੇ ਸੰਗ ਰੰਗ ਭਗ ਲਾਵੇ, ਨੇੜੇ ਵਾਲੇ ਖੈਰ ਸੁਖਰ ਗਜਸਤਰੀ ਪੀਰ ਮਹਾਰਾਜ। ਤਾਂ ਹੁਣ ਅਸੀਂ ਵਿਆਹ ਕਰਾਂਗੇ ਸਟਾਰਟ ਛੱਤਰੀ ਪੀਰ ਮਹਾਰਾਜ ਦਾ। ਤਾਂ ਹੁਣ ਛੱਤਰੀ ਪੀਰ ਮਹਾਰਾਜ ਕਿਉਂ ਹੁਣ ਕੀ ਚਿੱਠੀ ਆ ਗਈ ਛੱਤਰੀ ਪੀਰ ਮਹਾਰਾਜ ਨੂੰ? ਕਿਹਦੇ ਲਵੇ? ਜੌੜਿਆਂ ਲਵੇ। ਜਦੋਂ ਚਿੱਠੀ ਆਈ, ਜੌੜਿਆਂ ਨੇ ਫੜ ਕੇ ਝਟਕੀ ਜੇ ਵਿੱਚ ਪਾ ਲਈ। ਮੈਨੂੰ ਬੰਦ ਕਰੋ, ਕੀ ਕਰ ਰਹੇ ਨੇ ਉਹ?
ਜਦੋਂ ਗੀਜੇ 'ਚ ਪਾਈ ਕਿਉਂ ਉੱਧਰੋਂ ਛੱਤਰੀ ਪੀਰ ਮਹਾਰਾਜ ਕੀ ਵਗਦਾ ਸ਼ਹਿਰ ਨੂੰ ਸਰ ਕਰਕੇ ਰੰਗ ਮੇਲੇ ਵਿੱਚ ਆਈ ਕੀ ਹਜੇ ਆ ਕੇ ਮਾਤਾ ਵਾਛਲ ਨੂੰ ਕਹਿਣ ਲੱਗਿਆ ਮਾਤਾ ਹੀਰਾਬੰਦ ਦੀ ਸੱਦ ਠੰਡਾ ਪਾਣੀ ਗਰਮ ਕਰਾ ਦੇ ਮੈਂ ਇਸ਼ਨਾਨ ਵੀ ਕਰਨੇ ਨੇ ਬਾਕੀ ਜੋੜੇ ਭੰਜਣ ਨੂੰ ਲਾ ਦੇ ਸੁਨੇਹਾ ਔਰ ਮੈਂ ਸਾਰ ਪਾਸਾ ਵੀ ਖੇਲਣਾ ਬਹੁਤ ਦਿਨ ਹੋ ਗਏ ਮੈਨੂੰ ਯੁੱਧ ਵੀ ਕਰਕੇ ਆਇਆ ਔਰ ਬਗਦਾਦ ਸ਼ਹਿਰ ਨੂੰ ਵੀ ਸਰ ਕਰਕੇ ਆਇਆ ਗਊਆਂ ਦੇ ਵਾੜੇ ਵੀ ਛਡਾ ਕੇ ਆਇਆ ਕਿਉਂ ਯਾਰਮੰਦ ਭਰਾ ਉਹਨਾਂ ਨੂੰ ਕੀ ਹੋ ਰਿਹਾ ਤਾਂ ਜਦੋਂ ਛੱਤਰੀ ਪੀਰ ਮਹਾਰਾਜ ਇੱਕ ਬਗਦਾਦ ਸ਼ਹਿਰ ਦੇ ਵਿੱਚੋਂ ਆ ਕੇ ਘਰੇ ਸੁਨੇਹਾ ਲਾਤਾ ਠੰਡਾ ਪਾਣੀ ਗਰਮ ਕਰਾਤਾ ਮਾਤਾ ਵਾਛਲ ਨੇ ਹੀਰਾਬੰਦੀ ਨੂੰ ਸੁਨੇਹਾ ਲਾਤਾ ਜਦੋਂ ਹੀਰਾਬੰਦੀ ਕਿਉਂ ਠੰਡਾ ਪਾਣੀ ਗਰਮ ਕਰਤਾ ਛੱਤਰੀ ਪੀਰ ਮਹਾਰਾਜ ਨੇ ਇਸ਼ਨਾਨ ਕਰੇ ਔਰ ਨੌ ਲੱਖੇ ਬਾਗਾਂ ਵਿੱਚ ਤਾਂ ਜੇ ਸਮੇਂ ਇੱਕ ਹੁਣ ਸੁਨੇਹਾ ਲੱਗਿਆ ਹੋਇਆ ਕਿਉਂ ਔਰ ਸਾਰ ਪਾਸਾ ਵਿਛਾਤਾ ਨਰਦਾਂ ਔਰ ਹੁਣ ਬਈ ਛੱਤਰੀ ਪੀਰ ਮਹਾਰਾਜ ਜਦੋਂ ਜੋੜੇ ਭਾਈਆਂ ਨਾਲ ਲੱਗਿਆ ਖੇਡਣਾ ਤਾਂ ਜਦੋਂ ਕਿਉਂ ਛੱਤਰੀ ਪੀਰ ਮਹਾਰਾਜ ਹੁਣ ਨਰਦਾਂ ਤਾਂ ਸਾਰ ਪਾਸਾ ਵਿਛੇ ਹੋਏ ਨਰਦਾਂ ਖੰਡਿਆਤੀਆਂ ਹੁਣ ਛੱਤਰੀ ਪੀਰ ਮਹਾਰਾਜ ਪੰਜ ਪੈਂਦੇ ਨੇ ਦਸ ਮਾਰਦਾ ਉੱਤੇ ਨਹੀਂ ਆਉਣ ਦਿੰਦਾ ਵਾਰ ਨਹੀਂ ਆਉਣ ਦਿੰਦਾ ਉਹਨਾਂ ਦੀ ਜੋੜੇ ਭਾਈਆਂ ਦੀ ਅੱਕ ਗਏ ਥੱਕ ਗਏ ਹੰਭ ਗਏ ਕਹਿਣ ਲੱਗੇ ਹੋ ਭਾਈ ਬੂਗੇ ਜਿੰਨਾ ਤੇਰਾ ਸਾਡੇ 'ਤੇ ਜ਼ੋਰ ਚੱਲਦਾ ਤੇਰਾ ਸੰਭਲ ਰਾਜ 'ਤੇ ਨਹੀਂ ਜ਼ੋਰ ਚੱਲਦਾ ਤੂੰ ਸੰਭਲ ਰਾਜ ਨਾਲ ਤਾਂ ਭਿੜ ਨਹੀਂ ਸਕਦਾ ਸਾਨੂੰ ਤੂੰ ਕਾਹਤੋਂ ਤੰਗ ਕਰਦਾ ਕਹਿੰਦਾ ਭਾਈ ਗੱਲ ਕੀ ਹੈ ਦੱਸੋ ਹੁਣ ਕੱਢ ਕੇ ਚਿੱਠੀ ਗੀਜੇ ਵਿੱਚੋਂ ਝੱਟ ਗੁੱਗੇ ਦੇ ਮੂਹਰੇ ਕਰਤੀ ਉਹ ਭਾਈ ਸੰਭਲ ਰਾਜੇ ਨੇ ਤੈਨੂੰ ਜਵਾਬ ਦਿੱਤਾ ਤੇਰੀ ਮੰਗ ਤੋਂ ਜਵਾਬ ਹੋ ਗਿਆ ਦੱਸ ਤੂੰ ਸਾਡੇ 'ਤੇ ਕਾਹਤੋਂ ਜ਼ੋਰ ਚਲਾਉਣਾ ਉੱਥੇ ਜ਼ੋਰ ਚਲਾ ਲੈ ਆਪਦੀ ਮੰਗ ਨੂੰ ਵਿਆਹ ਲੈ ਆਹ ਛੱਤਰੀ ਪੀਰ ਮਹਾਰਾਜ ਅੱਡੀ ਤੋਂ ਲਾ ਕੇ ਵਿੱਚ ਉੱਟੀ ਤੀ ਖੇਡ ਗਈ ਨਾਗਾ ਜੋ ਰਿਹਾ ਬਲਖਾ ਛੱਤਰੀ ਪੀਰ ਮਹਾਰਾਜ ਉੱਠ ਕੇ ਕਿੱਥੇ ਛੱਡ ਕੇ ਜੋੜੇ ਭਾਈਆਂ ਨੂੰ ਰੰਗ ਮਹਿਲਾ ਵਿੱਚ ਆ ਗਿਆ ਕਿੱਥੇ ਮਾਤਾ ਵਾਛਲ ਲਵੇ ਆਹ ਕਿੱਥੇ ਦਾ ਮਾਤਾ ਵਾਛਣ ਨਾਲ ਆਉਂਦਾ ਹੁੰਦਾ ਲਾਡ ਕਰਦਾ ਹੁੰਦਾ ਚੌੜਾ ਕਰਦਾ ਹੁੰਦਾ ਲੁਕਣਾ ਮਿੱਟੀ ਖੇਡਦਾ ਹੁੰਦਾ ਕਿੱਥੇ ਮਾਤਾ ਵਾਛਲ ਨੂੰ ਹੀ ਛੱਡ ਕੇ ਬੋਝ ਕਿਤੇ ਨੇ ਗਾਹਾਂ ਆ ਕੇ ਰੰਗ ਮਹਿਲਾਂ ਦੇ ਵਿੱਚ ਪਲੰਗਾਂ 'ਤੇ ਆ ਕੇ ਲਿਟ ਗਿਆ ਉਹ ਨਿਆਣੇ ਤੈਨੂੰ ਕੀ ਹੋਇਆ ਅੱਜ ਦੱਸ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ ਮਾਤਾ ਐਂ ਦੱਸ ਮੈਂ ਕਿਤੇ ਮੰਗਿਆ ਹੋਇਆ ਧੀ ਕਹਿੰਦੀ ਭਾਈ ਛੱਡ ਪੁਰਾਣੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਤਾਂ ਇਹ ਤਾਂ ਇਹ ਤੈਨੂੰ ਕਿਹਨੇ ਗੱਲ ਦੱਸਤੀ ਕਹਿੰਦਾ ਨਹੀਂ ਮਾਤਾ ਮੈਨੂੰ ਤਾਂ ਅੱਗ ਲੱਗੀ ਪਈ ਹੈ ਮੈਂ ਨਹੀਂ ਉਹ ਕਰ ਸਕਦਾ ਮੈਂ ਨਹੀਂ ਜੜ ਸਕਦਾ ਮੈਨੂੰ ਜੋੜੇ ਭਾਈਆਂ ਨੇ ਬੋਲੀਆਂ ਬੋਲੀਆਂ ਨੇ ਪੁੱਠਾ ਸਿੱਧਾ ਬੋਲਿਆ ਮੈਂ ਦੱਸ ਮੈਂ ਤਾਂ ਆਪਦੀ ਮੰਗ ਵਿਆਹੁਣੀ ਹੈ ਕਿੱਥੇ ਵਿਆਹਿਆ ਜੀ ਕਿੱਥੇ ਮੰਗਿਆ ਮੈਂ ਦੱਸ ਇੱਕ ਹੁਣ ਮਾਤਾ ਵਾਛਲ
ਨਛੱਤਰੀ ਪੀਰ ਮਹਾਰਾਜ ਕੀ ਕਹਿੰਦੇ ਕਜੋੜੀ ਦੱਸੋਗੇ ਸੁਣੋਗੇ ਭਲਾ ਹੇ ਕੈਸੇ ਕਰ ਛੱਤਰੀ ਜੀ ਨਾ ਇਹੀ ਹੋ ਹਾਂ ਹਾਂ ਕਦੇ ਮੈਨੂੰ ਭਰੇ ਮੈਂ ਗਾਉਣ ਦਾ
ਚੰਗਾ ਚੰਗਾ ਵਧੀਆ ਬਾਬੇ ਸੁਖੀ ਰਹੋ ਜੀ ਕਿਰਪਾ ਸ਼ਪਲਾ ਕਰੇ ਸੁਖੀ ਰਹੋ ਜੀ ਭਗ ਜੀ ਰਿਤਮ ਗੁਰਾ ਜੀ ਕੋ ਵੰਦਨਾ ਹੇ ਜੀ ਦਿੱਤੀਏ ਆਜ ਗਣੇਸ਼ ਮਨਾ ਸਿਮਰੂ ਸਾਰਦਾ ਹੇ ਜੀ ਮੇਰੇ ਕਾਰਜ ਹਮੇ ਸੁਖੀ ਰਹੋ ਜੀ ਕਿਰਪਾ ਸ਼ਪਲਾ ਕਰੇ ਤਾਂ ਜੋ ਤ ਜਗਾਈਏ ਤੇਰੇ ਆਈਏ ਤੇਰੇ ਆਈਏ ਤਾਂ ਜੋ ਤ ਜਗਾਈਏ ਤੇਰੇ ਆਈਏ ਤੇਰੇ ਆਈਏ ਤਾਂ ਜੋ ਤ ਜਗਾਈਏ ਮਾ ਜੋ ਤਾਂ ਬਾਲੜੀਏ ਦੇਵਾ ਉਹ ਨਾਲ ਤੇਰੇ ਫੁੱਲ ਚੜਦੇ ਨਾਲ ਦੇਵਾ ਉਹ ਨਾਲ ਤੇਰੇ ਫੁੱਲ ਚੜਦੇ ਨਾਲ ਦੇਵਾ ਉਹ ਤੇਰੇ ਆਈਏ ਤਾਂ ਜੋ ਤ ਜਗਾਈਏ ਮਾਂ ਤੇਰੇ ਆਈਏ ਜੋਤ ਜਗਾਈਏ ਹੋ ਜੋਤਾਂ ਵਾਲਣ ਦੇਵਾ ਦੇਵਾ ਉਹ ਨਾਲ ਤੇਰੇ ਫੁੱਲ ਚੜਦੇ ਨਾਲ ਉਹ ਨਾਲ ਤੇਰੇ ਫੁੱਲ ਚੜਦੇ ਨਾਲ ਦੇਵਾ ਚੜਦੇ ਨਾਲ ਮੇਵਾ
ਕੇ ਫੁੱਲ ਚੜ੍ਹਦੇ ਨਾਲੇ ਮੇਵਾ ਹੋ ਚਪਾਵਨ ਸੁਨਹਿਰੀ ਤੇਰਾ ਮਈਆ ਜੀ ਚਪਾਵਨ ਪਵਨ ਪਵਨ ਸੁਨਹਿਰੀ ਤੇਰਾ ਹੋ ਜੀ ਰਹੋ ਜੀ ਤੇਰੇ ਫੁੱਲ ਚੜ੍ਹਦੇ ਨਾਲ ਤੇਰੇ ਫੁੱਲ ਚੜ੍ਹਦੇ ਨਾਲ ਮੇਵਾ ਸਾਡਾ ਵੀਰ ਭਗਤ ਜੀ ਸਾਡਾ ਮਾਨ ਕਰਕੇ ਕਹਿੰਦੇ ਜੋੜੀ ਦਾ ਚੜ੍ਹਦੀ ਕਲਾ ਹੈ ਬਾਬਾ ਹੋਰ ਸੱਚੇ ਦਿਲਵਾ ਮੰਦਰਾਂ ਵਾਲੀ ਦੀ ਪੀਰ ਮਹਾਰਾਜ ਮਾਤਾ ਵਾਛਲ ਕਿਉਂ ਤੋਂ ਠੰਡਾ ਪਾਣੀ ਗਰਮ ਕਰਵਾ ਕੇ ਇੱਕ ਜੋੜੇ ਭਾਈਆਂ ਨਾਲ ਹੁਣ ਸਾਰ ਪਾਸਾ ਖੇਡਣ ਵਾਸਤੇ ਕਿਉਂ ਤਿਆਰੀ ਕਰ ਰਹੇ ਉਹ ਵੀ ਕਰਨੀ ਹੈ ਅਤੇ ਜਦੋਂ 10 ਰੁਪਏ ਰਾਮ ਭਗਤ ਤੇਰੀ ਨਿਆਣੀ ਜੋੜੀ ਦਾ ਮਾਨ ਕਰਦਾ ਦਾਨੀ ਨੂੰ ਭਾਗ ਲੈ ਲੱਖ ਰੇ ਕਲਮ ਚਲੇ ਬਹੁਤ ਸੱਚੇ ਦਰਬਾਰ ਕੀ ਜੈ ਹੋਰ ਸਤਿਗੁਰੂ ਹੋਰ ਖਨਾ ਚੁੱਕੀ 10 ਰੁਪਏ ਔਰ ਗੁਪਤ ਦਾਨ ਦਾਨੀ ਨੂੰ ਭਾਗ ਲੈ ਲੱਖ ਰੇ ਕਲਮ ਚਲੇ ਬਹੁਤ ਸੱਚੇ ਦਰਬਾਰ ਕੀ ਜੈ ਤਾਂ ਜਦੋਂ ਹੁਣ ਸਾਰ ਪਾਸਾ ਖੇਡ ਕੇ ਔਰ ਛੱਤਰੀ ਪੀਰ ਮਹਾਰਾਜ ਤਾਂ ਹੁਣ ਕਿਉਂ 10 ਰੁਪਏ ਗਾਮਾ ਡਾਕਟਰ ਤਾਂ ਹੁਣ ਛੱਤਰੀ ਪੀਰ ਮਹਾਰਾਜ ਕਿਉਂ ਮਾਤਾ ਵਾਛਲ ਨੂੰ ਸਾਰੀ ਗੱਲ ਦੱਸ ਕੇ 10 ਰੁਪਏ ਨਿਆਣਾ ਬੱਚਾ ਦਾਨੀ ਨੂੰ ਭਾਗ ਲਈ ਲੱਖਾਂ ਦੇ ਕਲਮ ਚਲੇ ਬੋਲ ਸੱਚੇ ਦਰਬਾਰ ਕੀ ਹੈ।
ਕਿਹੜੀ ਆ ਰਹੀ ਹੈ ਸੱਤਰੀ ਪੀਰ ਤਾਂ ਹੁਣ ਸੱਤਰੀ ਪੀਰ ਮਹਾਰਾਜ ਕਿਉਂ ਮਨ ਦੇ ਵਿੱਚ ਸੋਚ ਕੇ ਕੀ ਕਹਿੰਦੇ ਇੱਕ ਮਾਤਾ ਵਾਸ਼ੀ ਨੂੰ ਕਹਿੰਦਾ ਮਾਂ ਮੈਂ ਮੇਰੀ ਮੰਗ ਤੋਂ ਜਵਾਬ ਹੋ ਗਿਆ ਮੇਰੀ ਢਿੱਡ ਟੁੱਟੀ ਪਈ ਆ ਮੈਂ ਕੀ ਕਰਾਂ ਹੁਣ ਦੱਸ ਕਹਿੰਦੀ ਕੋਈ ਨਾ ਪੁੱਤ ਤੈਨੂੰ ਮੈਂ ਵਿਆਹ ਦੂੰਗੀ ਤੂੰ ਮਨ ਹੌਲਾ ਨਾ ਕਰ ਮਨ ਹੌਲਾ ਕਿਉਂ ਕਰਦੇ ਤੈਨੂੰ ਮੈਂ ਇੱਕ ਦਿਨ ਦੋ ਵਿਆਹ ਦੂੰ ਚਾਰ ਵਿਆਹ ਦੂੰਗੀ ਤਾਂ ਕਿ ਤੂੰ ਮਨ ਨਾ ਹੌਲਾ ਕਰ ਇੱਕ ਹੁਣ ਮਾਤਾ ਵਾਸ਼ਨੂੰ ਛੱਤਰੀ ਪੀਰ ਮਹਾਰਾਜ ਕੀ ਕਹਿੰਦਾ ਮੈਂ ਨਹੀਂ ਰਾਣੀ ਮਾਤਾ ਮੈਂ ਰਾਣੀ ਵਿਆਹਣੀ ਆ ਸੀਰੀਅਲ ਉਸੇ ਨਾਲ ਵਿਆਹ ਕਰਵਾਉਣਾ ਮੈਂ ਆਪਣੀ ਮੰਗ ਨਹੀਂ ਛੱਡਣੀ ਚਲੋ ਜੀ ਮੈਂ ਆਪਣੀ ਮੰਗ ਵਿਆਹਣੀ ਹੈ ਮੈਂ ਛੱਡਣੀ ਨਹੀਂ ਹੈਗੀ ਮਾਂ ਮੈਨੂੰ ਛੱਤਰੀ ਨਹੀਂ ਕਿਸੇ ਨੇ ਕਹਿਣਾ ਗੁੱਗਾ ਪੀਰ ਨਹੀਂ ਕਹਿਣਾ ਜੇ ਮੈਂ ਆਪਣੀ ਮੰਗ ਛੱਡਤੀ ਮੈਂ ਕੀ ਕਰਨੀਆਂ ਨੇ ਕਰੂ ਦੇਸਾਂ ਦੀਆਂ ਕਾਮਣੀਆਂ ਮੈਂ ਤਾਂ ਆਪਣੀ ਮੰਗ ਵਿਆਹਣੀ ਹੈ ਇੱਕ ਹੁਣ ਜੋੜੀ ਦੱਸੋ ਸੁਣਗੇ ਪਨਾਹ ਹੇ ਕਹਿ ਸਿਕ ਸੱਤਰੀ ਦੀ ਤੀਰੇ ਔਰ ਟੁੱਟ ਗਈ ਸੇ ਮਾਤਾ ਜਦ ਖੜ ਕੇ ਸਨੇ ਗੱਪਾਈ ਬੋਲੀ ਮਾਰਦੇ ਠੀਕ ਹੈ ਬਜ਼ਾਰ ਕੋਲੇ ਸੌਦਾ ਲੱਗਦਾ ਲੱਗਦੀ ਵਾਲਾ
ਟੱਕਰਾ ਮਾਰ ਕੁੜੇ, ਐਵੇਂ ਦਾ ਟੱਕਰਾ ਮਾਰ ਕੁੜੇ। ਉਹ ਮਤੀ ਦਾਸ ਪਿੰਡ ਲੌਂਗੋਵਾਲ ਦਾ, ਦਿੱਲੀ ਜਾ ਕੇ ਸੀਸ ਵਾਰ ਦਾ। ਉਹ ਮਤੀ ਦਾਸ ਪਿੰਡ ਲੌਂਗੋਵਾਲ ਦਾ, ਦਿੱਲੀ ਜਾ ਕੇ ਸੀਸ ਵਾਰ ਦਾ। ਮਤੀ ਦਾਸ ਪਿੰਡ ਲੌਂਗੋਵਾਲ ਦਾ, ਦਿੱਲੀ ਜਾ ਕੇ ਸੀਸ ਵਾਰ ਦਾ। ਮਤੀ ਦਾਸ ਪਿੰਡ ਲੌਂਗੋਵਾਲ ਦਾ, ਦਿੱਲੀ ਜਾ ਕੇ ਸੀਸ ਵਾਰ ਦਾ। ਮਾਰ ਦਿੱਤਾ ਪਰ ਬਾਰ ਕੁੜੇ ਲਾਲ ਹੱਟਾਂ ਤੋਂ, ਪੁੱਤਰ ਹੱਟਾਂ ਤੋਂ, ਲਾਲ ਹੱਟਾਂ ਤੋਂ ਨਹੀਂ ਮਿਲਦੇ। ਬਾਜ਼ਾਰ ਕੁੜੇ ਸੌਦਾ ਲੱਗਦਾ ਨਗਦੀ ਵਾਲਾ, ਐਵੇਂ ਟੱਕਰਾ ਮਾਰ ਕੁੜੇ, ਐਵੇਂ ਟੱਕਰਾ ਮਾਰ ਕੁੜੇ। ਉਹ ਪੁੱਤਰ ਹੱਟਾਂ ਤੋਂ ਨਹੀਂ ਮਿਲਦੀ, ਲਾਲ ਹੱਟਾਂ ਤੋਂ ਨਹੀਂ ਮਿਲਦੇ। ਲੱਭਦੀ ਫਿਰੇ ਬਾਜ਼ਾਰ ਕੁੜੇ ਸੌਦਾ ਲੱਗਦਾ ਲੱਗਦੀ ਵਾਲਾ, ਐਵੇਂ ਟੱਕਰਾ ਮਾਰ ਕੁੜੇ। ਅੰਦਲਾ ਅੰਦਲੀ ਦੀ ਸੁਣੋ ਕਹਾਣੀ, ਪੁੱਤਰਾਂ ਨੇ ਜਿਹਨੇ ਰਮਜ ਪਛਾਣੀ। ਅੰਦਲਾ ਅੰਦਲੀ ਦੀ ਸੁਣੋ ਕਹਾਣੀ, ਪੁੱਤਰਾਂ ਦੀ ਜਿਹਨੇ ਰਮਜ ਪਛਾਣੀ। ਅੰਦਲਾ ਅੰਦਲੀ ਦੀ ਸੁਣੋ ਕਹਾਣੀ, ਪੁੱਤਰਾਂ ਦੀ ਜਿਹਨੇ ਰਮਜ ਪਛਾਣੀ। ਓਏ ਅੰਦਲਾ ਅੰਦਲੀ ਦੀ ਸੁਣੋ ਕਹਾਣੀ, ਪੁੱਤਰਾਂ ਦੀ ਜਿਹਨੇ ਰਮਜ ਪਛਾਣੀ। ਜਾਣੇ ਕੁੱਲ ਜਹਾਨ ਕੁੜੇ ਸਕਲ ਜਹਾਨ ਬਿਘਨ ਕਰੋ ਜੀ ਮੰਗਲ ਹਰੋ, ਬਸੋ ਕੰਠ ਮੇ ਆਣ ਜੀ। ਕਰਨ ਹਾਰ ਕਰੇ ਨਾਨਕੀ ਗਟ ਗਟ ਰਹਾ ਬਰਾਜ, ਏਕ ਨਿਗਾਹੇ ਦੇਖਦਾ ਕਿਹੜੀ ਹਸਤੀ ਵਾਜ ਜੀ। ਤੂੰ ਪੂਰਨ ਪਰਮਾਤਮਾ ਔਰ ਪੂਰਨ ਤੇਰੇ ਖੇਲਾ, ਹੇ ਉਮਰ ਉਮ ਸੇ ਵਸ ਰਿਹਾ ਮਾਤਾ ਸਾਰਦੇ ਸਭ ਕਮੀਆਂ ਦੇ ਕਾਜ, ਕੋਟ ਟਕਾਲੀ ਦਾਸ ਨੇ ਰੱਖਿਓ ਹਮਰੀ ਲਾਜ ਜੀ। ਮਰਦਮ ਜੋਤਾਂ ਜਗਣ ਤੇਰੀਆਂ ਆ ਕਰ ਦਰਸ ਦਿਖਾਣਾ, ਮਰਦਮ ਜੋਤਾਂ ਜਗਣ ਤੇਰੀਆਂ ਆ ਕਰ ਦਰਸ ਦਿਖਾਣਾ। ਦੇਵੀ ਕਿਰਪਾ ਮੈਂ ਦੰਗਲਾ ਵਿੱਚ ਗਾਣਾ, ਦੇਵੀ ਕਰ ਕਿਰਪਾ ਹਰਦਮ ਜੋਤਾਂ ਜਗਣ
ਜੀਵਾ ਬਣ ਕੇ ਠੀਕ ਹੈ। ਅਸੀਂ ਵੀ ਆਉਣਾ, ਇਹ ਨਹੀਂ ਹੈਗਾ ਵੀ ਸਾਨੂੰ ਵੀ ਸਰ ਜੂਗਾ। ਬਹੁਤ ਵਧੀਆ ਤੁਹਾਡੀ ਸੇਵਾ ਕਰਕੇ ਗਏ ਨੇ, ਉਹ ਚੀਜ਼ ਨਹੀਂ ਹੈਗੀ। ਬਹੁਤ ਸੱਚੇ ਦਰਬਾਰ ਕੀ ਹੈ। ਹਏ ਕੋਟੀ ਕਾਂਗੜੇ ਦੇ ਵਿੱਚ ਲੱਟਾਂ ਵਾਲੀਏ ਰਹੀ ਹੈ ਵਰਾਜ ਜੀ। ਰਹੀ ਹੈ ਮਹਾਰਾਜ ਜੀ। ਇਹ ਦੰਗਲਾਂ ਦੇ ਵਿੱਚ ਤੇਰਾ
ਦੱਸ ਗਾਲੀਏ ਰੱਖ ਦੀਏ ਲਾਜ ਜੀ ਓਏ ਦੰਗਲਾਂ ਦੇ ਵਿੱਚ ਤੇਰਾ ਲੈ ਦੱਸ ਗਾਲੀਏ ਰੱਖ ਦੀਏ ਲਾਜ ਜੀ ਮੈਂ ਮੰਦਰਾਂ ਦੀ ਰਾਣੀ ਮੇਰੀ ਸੁਧ ਕਰਵਾਣੀ ਮੈਂ ਮੰਦਰਾਂ ਦੀ ਰਾਣੀ ਮੇਰੀ ਸੁਧ ਕਰਵਾਣੀ ਆ ਸਭ ਨੂੰ ਸ਼ੇਰ ਕਰਾਣਾ ਦੇਵੀ ਕਰ ਕਿਰਪਾ ਤੇਰੀ ਸਦੀ ਜੈ
Thank you.
ਬਾਬਾ ਬਾਬਾ ਦਾਨੀਆ ਅੱਜ ਸੁਖਾ ਉਹਦਾ ਨਹੀਂ ਹੋਈ ਹੈ ਉਹ ਸ਼ਾਮ ਆ ਗਈ।
ਮੁੱਤੀ ਮੁਗਾ ਦੀ ਮੁੱਤੀ ਕਿਹੜਾ ਆਉਣਾ ਮੁੱਤੀ ਅੰਦਰ ਕੀ ਹੈ ਉਹ ਬੰਦ ਹੈ।